ਬਾਤ ਕੋਈ ਨੀ, ਬਾਕੀ ਜਿਹੜਾ ਦੀਵੀਂਦਾਰ ਵਾਲਾ ਪ੍ਰੋਗਰਾਮ ਉਹਦੇ ਉਹਨਾਂ ਨੇ ਵੜ ਗਿਆ ਇਹਨਾਂ ਦਿਨਾਂ ਦੇ ਵਿੱਚ ਸ਼ਾਮ ਨੂੰ ਤੇਰੇ ਸਾਹਮਣੇ ਇੱਥੇ ਬੰਦੇ ਛੱਤਾਂ ਵਾਲੇ ਦੀਆਂ ਹੁੱਕਾਂ ਵਾਲੇ ਦੀਆਂ ਹੱਲਾਂ ਵਾਲੇ ਲਾਈਨਾਂ ਲੱਗੀਆਂ ਹੁੰਦੀਆਂ ਸੀ। ਬਿਲਕੁਲ, ਹੁਣ ਤੂੰ ਸਵੇਰ ਦਾ ਆਇਆ, ਤੈਨੂੰ ਆ ਪਹਿਲੇ ਵਾਹਤ ਬੰਦੇ ਭਾਰ ਹੀ ਲੱਭੇ ਹੋਣ ਤੇ ਬੰਦਾ ਹੀ ਮਾਰਕੀਟ ਕੋਈ ਨੀ, ਕੋਈ ਨੀ, ਗੁਜ਼ਾਰਾ ਹੀ ਚੱਲਦਾ ਪਿਆ ਤੇ ਕਸਟਮਰ ਬਹੁਤ ਜ਼ਿਆਦਾ ਘੱਟ ਏ। ਹਾਂਜੀ, ਅੱਗੋਂ ਕੋਈ ਰਹਿੰਦੀ ਕਸਰ ਬੈਂਕਾਂ ਵਾਲੇ ਟਰੈਕਟਰਾਂ ਨੇ ਇੰਨੇ ਕੁ ਮਾਸ਼ਾਅੱਲਾ ਨਿਕਲੇ ਨੇ, ਅੱਗੋਂ ਫਿਰ ਸਕੀਮ ਆ ਗਈ ਏ ਤੇ ਬੰਦੇ ਕੈਸ਼ ਵਾਲੇ ਵੇਚ ਕੇ ਬੈਂਕ ਕੀ ਹੋ ਰਹੇ ਨੇ। ਪੁੱਤਰਾ 2500-2600 ਕੁ ਭਾ ਕਣਕ ਦਾ, ਕਣਕ ਲੈਂਦਾ ਕੋਲੀ ਤੇ ਅਸੀਂ ਇਹਦੇ ਨਾਲ ਸਰੇ ਫਿਰ ਬੀਜ ਦਈਏ, ਉਹ ਚੰਗੀ ਏ। ਲੋ ਜੀ ਦੋਸਤੋ, ਲਾਹੌਰ ਟਰੈਕਟਰ ਮਾਰਕੀਟ ਦੇ ਵਿੱਚ ਮੌਜੂਦ ਆ ਭਾਈ ਰਿਆਜ਼ ਕੋ ਅਤੇ ਮਾਸ਼ਾ ਸਾਡੇ ਨਾਲ ਭਾਈ ਰਿਆਜ਼ ਦੇ ਵਾਲਦ ਸਾਹਿਬ ਮੌਜੂਦ ਨੇ ਅਤੇ ਕਾਫੀ ਜ਼ਿਆਦਾ ਉਹ ਕੈਮਰਾ ਕਹਿ ਰਹੇ ਸੀ ਜੀ ਗੰਦੇ ਹੁੰਦੇ ਅੜਕਾਂ ਬੁਰੇ ਹਾਲਾਤ ਨੇ, ਲੈ ਹੀ ਕੋਈ ਨਹੀਂ ਰਿਹਾ। ਬਾਕੀ ਮਜ਼ੀਦ ਇਹਨਾਂ ਨਾਲ ਗੱਲਬਾਤ ਕਰਦੇ। ਅਸਲਾਮੁਅਲੈਕਮ ਚਾਚਾ ਜੀ। ਵਾਲੇਕੁਮ ਸਲਾਮ। ਕੀ ਹਾਲ ਜੀ, ਠੀਕ ਠਾਕ ਹੋ? ਹਾਲ ਕੀ ਹੋ ਰਹੇ ਨੇ ਪੁੱਤਰਾ, 2500-2600 ਕੁ ਭਾ ਕਣਕ ਦਾ, ਕਣਕ ਲੈਂਦਾ ਕੋਲੀ ਤੇ ਅਸੀਂ ਇਹਦੇ ਨਾਲ ਸਰੇ ਫਿਰ ਬੀਜ ਦਈਏ, ਉਹ ਚੰਗੀ ਏ। ਬੰਨੇ ਤੇ ਬਹਿ ਰਹੀਏ ਤੇ 2500 ਪਿਛਲੀ ਵਾਰ ਬੜਾ ਧੋਖਾ ਦਿੱਤਾ। ਚਲੋ ਪਿਛਲੀ ਵਾਰ 10,000 ਨੂੰ ਵੀ ਤਾਂ ਵੇਚੀ ਸੀ ਨਾ, ਹੁਣ ਕੀ ਜੇ ਸਾਨੂੰ ਹੁਣ ਖਾਣ ਵੀ 2500 ਕੁ ਪਾ, 10,000 ਨੂੰ ਸਰੋਂ ਲੈ ਕੇ ਤੇ 4-5,000 ਨੂੰ ਵੇਚੀ। ਜ਼ਿਮੀਦਾਰ ਦਾ ਬਾਹਰ ਸੱਟਿਆ ਨੇ, ਗੱਡੀਆਂ ਵੇਚ ਕੇ ਅਸੀਂ ਕੁੜੀ ਆ ਵੀ ਖਾਲ ਪਾਣ ਡਏ ਆ। ਸਵੇਰ ਦਾ ਮਾਰਕੀਟ ਚ ਬੰਦਾ ਹੀ ਕੋਈ ਨਹੀਂ ਲੱਭਦਾ ਪਿਆ। ਮੈਂ ਕਿਹਾ ਕਸੂਰਵਾਰ ਕਿਹਨੂੰ ਸਮਝਦੇ ਹੋ, ਜਿਹੜੇ ਹਾਲਾਤ ਕੀਤੇ ਨੇ ਜ਼ਮੀਨਦਾਰਾਂ ਦੇ, ਕਿਹਨੂੰ ਕਸੂਰਵਾਰ ਸਮਝਦੇ ਹੋ? ਹਕੂਮਤ ਨੇ ਬੇੜਾ ਗਰਕ ਕੀਤੀ ਖੜੇ, ਵੇਖਾ ਕੈਸੇ ਮੁੰਡੇ ਸੀ ਜਿਹੜੇ ਇੰਨਾ ਮੂੰਹ ਬਣਿਆ ਪਿਆ। ਅਗਲੀ ਗੰਦਮ ਨੂੰ ਆਉਂਦੇ ਨੇ, ਅਸੀਂ ਕੀ ਕਰੀਏ ਹੁਣ? ਇਹਨੂੰ ਖਰਚਾ ਵੀ ਨੀ ਪੂਰਾ ਪਿਆ ਹੁੰਦਾ, ਨਹੀਂ ਪੂਰਾ ਹੋ ਰਿਹਾ। ₹3-2.5 ਲੱਖ ਠੇਕਾ ਭਰ ਕੇ ਸਹੀ ਕੰਟਰੋਲ ਤੇ ਮਿਲ ਗਿਆ। ਹਾਂਜੀ, ਕੰਟਰੋਲ ਰੇਟ ਮਿਲ ਗਿਆ। ਕਿਹੜੇ ਸ਼ੋਰੂਮ ਤੋਂ ਲਿਆ ਜੀ? ਰਾਣਾ।
ਰਾਣਾ ਫਾਰਮ ਤੋਂ? ਹਾਂਜੀ। ਕਾਫੀ ਅੱਜ ਕੱਲ ਫੁਆਵਾਂ ਚੱਲ ਰਹੀਆਂ, ਟਰੈਕਟਰ ਮਹਿੰਗੇ ਹੋ ਰਹੇ, ਸਸਤੇ ਹੋ ਰਹੇ ਨੇ, ਕੀ ਚੱਕਰ ਹੈ? ਕਹਿ ਤਾਂ ਰਹੇ ਨੇ ਟੈਕਸ ਲੱਗ ਰਿਹਾ ਫਿਰ ਦੁਬਾਰਾ। ਅੱਛਾ, ਕੌਣ ਆਖਣ ਡਿਆ ਹੈ? ਰਾਣਾ ਸਾਹਿਬ। ਅੱਛਾ, ਰਾਣਾ ਸਾਹਿਬ ਕਹਿ ਰਹੇ ਨੇ? ਹਾਂਜੀ। ਲੈ ਵੀ ਡਰਾ ਰਹੇ ਨੇ ਫਿਰ ਬੰਦਿਆਂ ਨੂੰ ਪੂਰਾ। ਹਾਂਜੀ। ਤੇ ਅੱਗੋਂ ਫਿਰ ਕੀ ਹਾਲਾਤ ਨੇ ਜ਼ਿਮੀਦਾਰਾਂ, ਤੁਸੀਂ ਕੀ ਮਸ਼ਵਰਾ ਦਿੰਦੇ ਹੋ? ਮਹਿੰਗੇ ਹੋਣੇ, ਸਸਤੇ ਹੋਣੇ ਨੇ? ਮਹਿੰਗੇ ਹੋਣੇ ਨੇ, ਸਸਤੇ ਕਿੱਥੋਂ ਹੋਣੇ? ਅੱਛਾ, ਸਸਤੇ ਵਾਲਾ ਕੋਈ ਚੱਕਰ ਨਹੀਂ ਜੀ, ਪਾਕਿਸਤਾਨ ਜਿਹੜੀ ਸ਼ਾਇਦ ਇੱਕ ਵਾਰ ਮਹਿੰਗੀ ਹੋਈ, ਕਿਤੇ ਸਸਤੀ ਹੁੰਦੀ ਹੈ। ਅੱਜ ਇਹਨਾਂ ਨੇ ਤੇਲ ਤੂਲ ਥੱਲੇ ਕੀਤਾ, ਕੋਈ ਫਰਕ ਪਏਗਾ ਮਹਿੰਗਾਈ 'ਚ ਕਿ ਨਹੀਂ? ਮਹਿੰਗਾਈ 'ਚ ਤਾਂ ਫਰਕ ਪਏਗਾ, ਟਰੈਕਟਰ ਮਹਿੰਗਾ ਹੀ ਹੋਣਾ। ਅੱਛਾ, ਹਾਂ, ਕਿਉਂਕਿ ਟੈਕਸ ਲਾ ਕੇ ਲੱਗੇਗਾ ਨਾ ਇਹਨੂੰ। ਹਾਂਜੀ ਹਾਂਜੀ, ਇਸੇ ਤਰ੍ਹਾਂ ਟੈਕਸ ਨਹੀਂ ਇਹਦੇ, ਕਿਉਂਕਿ ਟੈਕਸ ਜਿਹੜਾ ਨਾ ਇਹਦੇ ਪਹਿਲਾਂ ਲੱਗ ਚੁੱਕਿਆ, ਇਹਦੇ ਜਿਹੜੇ ਪਾਰਟਸ ਤੇ ਨਾ ਫੇਰ ਲਾਣਾ ਨਾ ਹੁਣ। ਨਹੀਂ ਨਹੀਂ, ਇਹਦੇ ਪਾਰਟਸ ਤੇ ਟੈਕਸ ਲੱਗਾ ਹੈ, 18% ਟੈਕਸ ਲੱਗਾ ਹੈ, ਟਰੈਕਟਰ ਦੇ ਉੱਤੇ 0 ਹੈ। ਹੁਣ ਪਾਰਟਸ ਤੇ ਲਾਉਣ ਜਾਂ ਟਰੈਕਟਰ ਤੇ, ਇੱਕ ਪਾਸੇ ਲੱਗਣਾ ਨਾ ਟੈਕਸ। ਚਲੋ, ਉਹ ਕਹਿ ਰਹੇ ਨਾ ਮਜ਼ੀਦ ਮਹਿੰਗਾ ਹੋਣਾ ਇਹ। ਹਾਂ, ਇਹ ਤੇ ਕਦੋਂ ਦੀ ਨੁਮਾਇਸ ਹੈ, ਕਦੋਂ ਦਾ ਨਿਕਲਿਆ? ਫਰੈਸ਼ ਨਿਕਲੇਗਾ, ਕੱਲ ਦਾ ਨਿਕਲੇਗਾ। ਲਿਆ ਫਰੈਸ਼ ਹੀ ਹੈ ਬਿਲਕੁਲ? ਹਾਂਜੀ। ਹਾਂ, ਠੀਕ ਹੋ ਗਿਆ। ਤੇ ਬਾਕੀ ਚੈੱਕ ਚੁੱਕ ਕੀਤਾ ਰੇਟ ਵਗੈਰਾ ਮਾਰਕੀਟ? ਹਾਂ, ਮਾਰਕੀਟ ਦੇ ਸਾਰੇ ਚੱਲਦਾ, ਬਸ ਸਿੱਧਾ ਰੇਟ 90-70-80-90। ਅੱਛਾ ਅੱਛਾ, ਰਾਣਾ ਸਾਹਿਬ ਉਹਨਾਂ ਨੇ ਪਿਆਰ ਕੀਤਾ, ਸਭ ਤੋਂ ਥੱਲੇ ਰਾਣਾ ਸਾਹਿਬ ਕੋ ਮਿਲਿਆ? ਹਾਂਜੀ, ਸਭ ਤੋਂ ਥੱਲੇ ਉਹਨਾਂ ਨੇ ਰੇਟ ਦਿੱਤਾ। ਹਾਂ, ਤੇ ਭਾਈ ਰਿਆਜ਼ ਕੋ ਆਏ ਆਪਾਂ, ਭਾਈ ਰਿਆਜ਼ ਕੋ ਛੱਤ ਲਿਆ। ਅੱਛਾ, ਕਿਹੜੀ ਛੱਤ ਲਵਾ ਰਹੇ? ਉਹ ਸਿੰਧੂ ਮੂਸੇ ਵਾਲੀ। ਅੱਛਾ, ਇਹ ਫਿੱਟ ਹੋ ਰਹੀ ਹੈ ਪਿੱਛੇ? ਉਹ ਫਿੱਟ ਕਰਨ ਲੱਗੇ ਨੇ ਭਾਈ, ਇਨਸ਼ਾਅੱਲਾ ਚੰਗੇ ਕੰਮ ਕਰੀਏ ਤੇ ਨਾ ਹੁੰਦਾ ਹੈ, ਭੈੜੇ ਕੰਮ ਕੀਤਿਆ ਨਾ ਕੋਈ ਨਹੀਂ ਹੁੰਦਾ। ਭਾਅ ਨੂੰ ਆਪਦੀ ਮਾਨਿਕਰਾਂ ਨੇ ਪੁੱਛ ਲਿਆ ਵੀ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲ ਛੱਤ ਲਵਾ ਕੇ ਆਈ 60 ਤੋਂ। ਬਿਲਕੁਲ, ਉਦੋਂ ਨਵੀਂ ਨਵੀਆਂ ਛੱਤਾਂ ਆਈਆਂ ਸੀ ਤੇ ਮੇਰੇ ਹਿਸਾਬ ਨਾਲ ਪਹਿਲਾ ਕਿ ਦੂਸਰਾ ਬੰਦਾ ਜਿਹੜਾ ਛੱਤ ਲਗਿਆ ਲਵਾਉਣ ਲੱਗਿਆ ਸੀ, ਕਿ ਉਹਨੇ ਕਿਹਾ ਉੱਥੋਂ ਹੀ ਛੱਤ ਲੈਣੀ ਸੀ। ਅਸੀਂ ਵੀ ਇਨਸ਼ਾਅੱਲਾ ਇਹਨਾਂ ਦੀ ਇੱਜ਼ਤ ਕਰਾਂ, ਸਾਡੇ ਕੋਲ ਆਏ ਨੇ ਤੇ ਗੁੱਜਰ ਸਾਹਿਬ ਦੇ ਇਨਸ਼ਾਅੱਲਾ ਪੂਰਾ ਇਹਨਾਂ ਦਾ ਪਿਆਰ ਕਰਾਂਗੇ। ਉਹ ਛੱਤ ਸਪੈਸ਼ਲ ਡਿਕਸ਼ਨ ਵਾਲੀ ਜਿਹੜੀ ਨਾਲ ਆਉਂਦੀ ਉਹ ਲਾਈਏ, ਦੂਸਰੀ ਛੱਤ ਇਹਨਾਂ ਨੂੰ ਲਾ ਕੇ ਦੇਣੀ ਇੰਡੀਅਨ ਮਾਡਲ। ਉਹ ਵਿੱਚ ਰੱਖ ਲੈਂਦੇ ਹੋ? ਹਾਂਜੀ। ਅੱਛਾ, ਉਹ ਕਿੰਨੇ ਚ ਰੱਖਦੇ ਹੋ? ਉਹ ਲੈ ਲਈ ਦੀ ਬਸ ਕੋਈ ਨਹੀਂ, ਬਾਕੀ ਜਿਹੜਾ ਜ਼ਿਮੀਦਾਰ ਵਾਲਾ ਪ੍ਰੋਗਰਾਮ ਉਹ ਤੇ ਇਹਨਾਂ ਨੇ ਵੜ ਗਿਆ ਇਹਨਾਂ ਦਿਨਾਂ ਦੇ ਵਿੱਚ। ਸ਼ਾਮ ਨੂੰ ਤੇਰੇ ਸਾਹਮਣੇ ਇੱਥੇ ਬੰਦੇ ਛੱਤਾਂ ਵਾਲੇ ਦੀਆਂ ਹੁੱਕਾਂ ਵਾਲੇ ਦੀਆਂ ਹੱਲਾਂ ਵਾਲੇ ਲਾਈਨਾਂ ਲੱਗੀਆਂ ਹੁੰਦੀਆਂ ਸੀ। ਬਿਲਕੁਲ, ਹੁਣ ਤੂੰ ਸਵੇਰ ਤਾਂ ਆਇਆ, ਤੈਨੂੰ ਆ ਪਹਿਲੇ ਵਾਹਤ ਬੰਦੇ ਭਾਰ ਹੀ ਲੱਭੇ ਹੋਣ ਤੇ ਬੰਦਾ ਹੀ ਮਾਰਕੀਟ ਕੋਈ ਨਹੀਂ ਹੈ ਤੇ ਜੱਟ ਕੋਲ ਪੈਸਾ ਆਉਣਾ ਤੇ ਉਹਨੇ ਕੁਦਰ ਜਾਣਾ ਬਾਜ਼ਾਰ, ਸੋਨਾ ਲੈਣਾ, ਕੋਈ ਜੁੱਤੀ ਲੈਣੀ, ਕੋਈ ਕੱਪੜਾ ਲੈਣਾ ਤੇ ਪੈਸਾ ਨਹੀਂ ਆਉਣਾ ਤੇ ਟਰੈਕਟਰ ਵੀ ਲੈਣਾ, ਪੈਸਾ ਨਹੀਂ ਆਉਣਾ ਉਹਨੇ ਕਿਹੜੇ ਪਾਸੇ ਜਾਣਾ ਹੈ? ਬਿਲਕੁਲ, ਇੱਕ ਜ਼ਿਮੀਦਾਰ ਰੀੜ ਦੀ ਹੱਡੀ ਹੈ ਤੇ ਜੇ ਜ਼ਿਮੀਦਾਰ ਕੋਲ ਪੈਸਾ ਨਾ ਹੋਇਆ ਤੇ ਉਹਨੇ ਕਹਾ ਸਾਰੇ ਹੀ ਭੁੱਖੇ ਮਰਨ ਵਾਲਾ ਕੰਮ ਹੈ ਤੇ ਬਾਕੀ ਇੰਨਾ ਕੰਮ ਕੁੰਮ ਕੋਈ ਨਹੀਂ, ਗੁਜ਼ਾਰਾ ਹੀ ਚੱਲਦਾ ਪਿਆ ਤੇ ਕਸਟਮਰ ਬਹੁਤ ਜ਼ਿਆਦਾ ਘੱਟ ਹੈ। ਹਾਂਜੀ, ਅੱਗੋਂ ਕੋਈ ਰਹਿੰਦੀ ਕਸਰ ਹੈ, ਬੈਂਕ ਵਾਲੇ ਟਰੈਕਟਰਾਂ ਨੇ ਇੰਨੇ ਕੁ ਮਾਸ਼ਾਅੱਲਾ ਨਿਕਲੇ ਨੇ, ਅੱਗੋਂ ਫਿਰ ਸਕੀਮ ਆ ਗਈ ਹੈ ਤੇ ਬੰਦੇ ਕੈਸ਼ ਵਾਲੇ ਵੇਚ ਵੇਚ ਕੇ ਬੈਂਕ ਵਾਲੇ ਲਈ ਜਾਂਦੇ ਨੇ ਇਸੇ ਤਰ੍ਹਾਂ। ਤੇ ਹੁਣ ਤੇ ਮਾਰਕੀਟ ਦਾ ਜਿਹੜਾ ਪ੍ਰੋਗਰਾਮ ਹੈ ਖਤਮ ਹੋਇਆ ਪਿਆ ਇੱਕ ਵਾਰੀ, ਅੱਗੋਂ ਤੇਲ ਥੱਲੇ ਕੀਤਾ ਇਹਨਾਂ ਨੇ, ਕੋਈ ਫਰਕ ਪਏਗਾ ਮਹਿੰਗਾਈ 'ਚ? ਤੇਲ ਨਾਲ ਭਾਜੀ ਕੀ ਫਰਕ ਪੈਣਾ? ਕੋਈ ਫਰਕ ਨਹੀਂ ਪੈਣਾ, ਕੋਈ ਹਫਤਾ 10 ਦਿਨ ਥੱਲੇ ਰਹਿਦਾ ਫਿਰ ਉੱਥੇ ਆਪਦੇ ਚਲਾ ਜਾਣਾ। ਹੁਣ ਜ਼ਿਮੀਦਾਰ ਨੇ 15-15 ਹਜ਼ਾਰ ਦੀ ਬੋਰੀ DAP 'ਚ ਲੈ ਕੇ ਪਾਈ ਹੈ, ਬੱਬਰ ਸ਼ੇਰ 3,000 ਕਿਹੜੀ 5,000 ਨੂੰ ਨਹੀਂ ਲੱਭਦੀ ਤੇ ਜਦੋਂ ਤੁਹਾਡੇ ਕੋਲ ਜਨਾਬ ਤੁਹਾਡੇ ਘਰ ਚੀਜ਼ ਆਵੇ ਕਣਕ ਨਿਕਲ ਜਾਣੀ ਨਾ ਜ਼ਿਮੀਦਾਰ ਦੇ ਘਰੋਂ, ਜਦੋਂ ਨਿਕਲਦੀ ਗਈ ਆ ਮਹੀਨੇ 2 ਵਾਰ ਰੇਟ ਵਿਖੇ ਕਿੱਥੇ ਜਾਂਦਾ ਹੈ? ਜਿੰਨੇ ਦਿਨ ਜ਼ਿਮੀਦਾਰ ਦੇ ਘਰ ਜਿਹਨੇ ਸਰਕਾਰ ਹੈ ਉਹ ਰੇਟ ਜਿਹੜਾ ਕੋਈ ਨਹੀਂ, ਅੱਗੇ ਜ਼ਿਮੀਦਾਰ ਘਰ ਨਿਕਲ ਜਾਣੀ ਉੱਥੇ ਟਾਈਮ ਰੇਟ ਚੜ ਜਾਣਾ। ਗੰਦਮ ਦਾ ਤੇ ਅੱਜ ਜੀ 2400 ਤੇ ਸੇਲ ਹੋ ਰਹੀ, 2400 ਦੇ ਬਾਜੀ ਗੰਦਮ ਜਿਹੜੇ ਆੜਤੀਆਂ ਨੇ ਲਈ ਉਹ ਪੈਸੇ ਨਹੀਂ ਜ਼ਿਮੀਦਾਰ ਨੂੰ ਦੇਣ, ਸਾਡੇ ਕੋਲ ਹੈ ਹੀ ਨਹੀਂ, ਦੇਣੇ ਆ ਕਰਨੇ ਆ ਕਰਾਉਣੇ ਆ ਤੇ ਜਿਸ ਬੰਦੇ ਨੇ ਠੇਕਾ ਦੇਣਾ ਜਾਂ ਜਿਸ ਬੰਦੇ ਨੇ ਕੋਈ ਕੰਮ ਕਰਵਾਉਣਾ ਹੈ। ਹੁਣ ਜ਼ਿਮੀਦਾਰ ਨੂੰ ਆਸ ਹੁੰਦੀ ਜਾਂ ਕਣਕ ਤੇ ਜਾਂ ਮੂੰਜੀ ਤੇ, ਉਹ ਕਣਕ ਜਿਹੜੀ ਮੂੰਜੀ ਲੋਕਾਂ ਰੱਖੀ ਉਹ ਵੀ ਕੋਈ ਨਹੀਂ ਹਾਲ, ਕਣਕ ਦਾ ਉਸ ਤੋਂ ਕੰਮ ਖਰਾਬ ਹੈ ਇਸੇ ਤਰ੍ਹਾਂ। ਤੇ ਬਾਕੀ ਗਵਰਨਮੈਂਟ ਨੂੰ ਚਾਹੀਦਾ ਜ਼ਿਮੀਦਾਰਾਂ ਦਾ ਕੋਈ ਸਾਥ ਕਰਨ। ਤੇ ਭਾਈ ਜੀ ਆਜੇ ਕਿੰਨੇ ਦੀ ਛੱਤ ਲਾ ਦਿੱਤੀ ਭਾਈ ਹੋਣਾ ਨੂੰ? ਇਹ ਛੱਤ ਜਨਾਬ ਉਹਨਾਂ ਰੇਟ ਕੋਈ ਨਹੀਂ ਕੀਤਾ, ਉਹਨਾਂ ਜਿਹੜੇ ਪੈਸੇ ਤੋਂ ਜਿਵੇਂ ਕਹੋ ਤੇ ਕਰ ਲਾਂਗੇ, ਕੋਈ ਨਹੀਂ ਗੱਲ ਹੈ।
ਚਲੋ ਜੀ, ਮਿਹਰਬਾਨੀ ਜੀ, ਸ਼ੁਕਰੀਆ, ਓਕੇ ਜੀ, ਅੱਲਾ ਹਾਫਿਜ਼। 260 ਹਾਂਜੀ ਹਾਂਜੀ।